ਮਾਪਿਆਂ ਦਾ 23 ਸਾਲ ਦਾ ਜਵਾਨ ਪੁੱਤ ਲਾਪਤਾ ਹੋ ਗਿਆ ਏ। ਦੱਸ ਦਈਏ ਕਿ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੇ ਜਾ ਰਿਹਾ ਏ, ਪਰ ਹੁਣ 25 ਦੇ ਕਰੀਬ ਦਿਨ ਬੀਤ ਗਏ ਨੇ, ਹਾਲੇ ਤੱਕ ਲਾਪਤਾ ਨੌਜਵਾਨ ਦਾ ਕੋਈ ਥੌ ਪਤਾ ਨਹੀਂ ਲੱਗ ਰਿਹਾ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕੀਤੀ ਹੈ ਤੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਉਹਨਾਂ ਦੇ ਪੁੱਤਰ ਨੂੰ ਕਿਤੇ ਦੇਖਣ ਤਾਂ ਜ਼ਰੂਰ ਸੂਚਿਤ ਕਰਨ। ਤਾਂ ਦੱਸ ਦਈਏ ਕਿ ਅਜਨਾਲਾ ਦਾ 23 ਸਾਲ ਦਾ ਨੌਜਵਾਨ ਗੁਰਲਾਲ ਸਿੰਘ ਘਰੋਂ ਲਾਪਤਾ ਹੋ ਗਿਆ ਏ। 18 ਜਨਵਰੀ ਨੂੰ ਇਹ ਕਹਿ ਕੇ ਆਪਣੇ ਘਰੋਂ ਗਿਆ ਸੀ ਕਿ ਉਹ ਦੋਸਤ ਦਾ ਬਰਥਡੇ ਮਨਾਉਣ ਜਾ ਰਿਹਾ ਹੈ, ਪਰ ਵਾਪਸ ਨਹੀਂ ਆਇਆ। ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਕਈ ਰਿਸ਼ਤੇਦਾਰੀਆਂ ਦੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਈ ਗੁਰਦੁਆਰਿਆਂ ਦੇ ਵਿੱਚ, ਕਈ ਜਨਤਕ ਥਾਵਾਂ 'ਤੇ ਵੀ ਲੱਭਿਆ ਗਿਆ, ਪਰ ਗੁਰਲਾਲ ਦਾ ਕੋਈ ਪਤਾ ਨਹੀਂ ਲੱਗ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਹੈ ਤੇ ਗੁਰਲਾਲ ਘਰੋਂ ਹੱਸਦਾ ਖੇਡਦਾ ਗਿਆ ਸੀ, ਅਜਿਹੀ ਕੋਈ ਗੱਲ ਨਹੀਂ ਹੈ। ਤਾਂ ਦੱਸ ਦਈਏ ਕਿ ਹੁਣ ਪਰਿਵਾਰ ਗੁਹਾਰ ਲਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਕੋਈ ਗੱਲਬਾਤ ਨਹੀਂ, 5 ਵਜੇ ਗਿਆ, ਹੈਪੀ ਬਰਥਡੇ ਤੇ ਗਿਆ, ਕੋਈ ਲੜਿਆ ਨਹੀਂ, ਕੋਈ ਝਗੜਿਆ ਨਹੀਂ ਆ, ਕਈ ਹੋ ਜਾ ਕੇ ਗਿਆ, ਮੈਂ ਹੈਪੀ ਬਰਥਡੇ ਤੇ ਚੱਲਿਆ, ਬਸ ਵਾਪਸ ਹੱਸਦਾ ਖੇਡਦਾ ਗਿਆ, ਮੁੜ ਕੇ ਵਾਪਸ ਨਹੀਂ ਆਇਆ। ਕਿਹਦੇ ਬਰਥਡੇ ਤੇ ਗਿਆ ਦੱਸਿਆ ਨਾ ਕੁਛ? ਨਾ, ਕੁਛ ਨਹੀਂ ਦੱਸ ਕੇ ਗਿਆ ਸਾਨੂੰ। ਨਹੀਂ ਪਹਿਲਾਂ ਵੀ ਜਾਂਦਾ ਕਿਹਦੇ? ਹਾਂਜੀ, ਜਦੋਂ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ, ਮੁੜ ਕੇ ਹੁਣ ਨਹੀਂ ਜਾ ਰਿਹਾ, ਨਹੀਂ ਆਇਆ। ਕੀ ਕੋਈ ਲੱਗਦਾ ਨਹੀਂ ਕਿਸੇ ਨੇ ਕੋਈ ਅਗਵਾਹ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਛ? ਨਾ 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 ਨਾ, ਕੋਈ ਬਾਤ ਨਹੀਂ ਹੋਈ, ਇਹ ਤੁਹਾਨੂੰ ਪਤਾ ਨਹੀਂ, ਮਹਾਰਾਜ ਜਾਣਦਾ ਵੀ ਕੀ ਹੋਇਆ ਕੀ ਨਹੀਂ, ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ। ਕੋਈ ਲੈਣ ਦੇਣ ਤੇ ਨਹੀਂ ਹੈਗਾ ਕਿਸੇ ਨਾਲ? ਨਾ ਨਾ ਨਾ, ਸਾਡਾ ਵੈਰ ਵਿਰੋਧ ਕਿਸੇ ਨਾਲ ਹੈ ਨਹੀਂ। ਕਿੰਨੇ 3 ਤਰੀਕ ਦਾ ਗਿਆ ਹੈ? ਇਹੋ ਜੋ ਤੁਹਾਨੂੰ ਪਹਿਲਾਂ ਦੱਸਿਆ। ਕਿੰਨੇ ਦਿਨ ਹੋ ਗਏ ਅੱਜ? 21 ਦਿਨ, 18 ਤਰੀਕ ਦਾ ਗਿਆ ਜੋ ਵੀਰਵਾਰ ਸ਼ਾਮਾਂ ਨੂੰ ਗਿਆ, 5 ਵਜੇ ਦਰਖਾਸਤ ਦਿੱਤੀ ਕਿ ਪੁੱਛ। ਹਾਂਜੀ ਹਾਂਜੀ। ਕੀ ਮੰਗ ਕਰਦੇ? ਕੋਈ ਮੰਗ, ਸਾਡਾ ਪੋਤੀ ਲੱਭ ਜੇ। ਕੀ ਮੰਗ ਕਰਦੇ? ਹਾਂਜੀ, ਕੀ ਮੰਗ ਕਰਦੇ? ਜੋ ਸਰਦਾ ਦੇਵਾਂਗੇ, ਸਾਡਾ ਪੁੱਤ ਵਾਪਸ ਚਾਹੀਦਾ ਬਸ। ਹੈਪੀ ਬਰਥਡੇ ਤੇ ਗਿਆ ਇੱਥੋਂ, ਸ਼ਾਮੀ ਸਾਨੂੰ 5 ਵਜੇ ਦੱਸ ਕੇ ਗਿਆ, ਮੈਂ ਹੈਪੀ ਬਰਥਡੇ ਤੇ ਚੱਲਿਆ, ਮੇਰੇ ਯਾਰ ਦਾ ਹੈਪੀ ਬਰਥਡੇ ਆ, ਅਤੇ ਅਸੀਂ ਆਖਿਆ ਚੱਲ ਹੋ ਗਏ ਤੇ ਆ ਜਾਈ ਛੇਤੀ, ਅਤੇ ਮੁੜ ਕੇ ਗਿਆ ਅਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ। ਅਸੀਂ ਜਿਉਂ ਉਡੀਕਦੇ ਰਹੇ, ਜਿਉਂ ਉਡੀਕਦੇ ਰਹੇ, ਮੁੜ ਕੇ ਰਿਸ਼ਤੇਦਾਰਾਂ ਦੇ ਲੱਭਣ ਡੇ ਪਏ, ਮੁੜ ਕੇ ਗੁਰਦੁਆਰਿਆਂ 'ਚ ਲੱਭਣ ਡੇ ਪਏ, ਅਤੇ ਅਜੇ ਅੱਜ ਤੱਕ ਨਹੀਂ ਮਿਲਣੇ, ਕੋਈ ਸੁਨਾਹ ਪਤਾ ਮਿਲ ਹੀ ਨਹੀਂ ਸਕਿਆ ਸਾਨੂੰ। ਅਤੇ ਇਹ ਆ ਵੀ ਬਹੁਤ ਕਿਰਪਾ ਹੋਏਗੀ ਜੇ ਕੋਈ ਦੱਸਦੇ ਭੈਣ ਭਰਾ ਤੇ। ਅਸੀਂ ਤੇ ਰੋਟੀ ਵੀ ਨਹੀਂ ਖਾਧੀ ਦੋਵਾਂ ਜੀਆਂ ਨੇ, ਵੀ ਇਹ ਕੀ ਬਣਿਆ ਸਾਡੇ ਨੇ। ਕਿੰਨੇ ਦਿਨ ਹੋ ਗਏ? ਹਾਂਜੀ, ਕਿੰਨੇ ਦਿਨ? ਅੱਜ ਹੀ 21 ਦਿਨ ਹੋ ਗਏ। ਹਾਂਜੀ, ਅਤੇ ਦਰਖਾਸਤ ਦਿੱਤੀ ਆ ਜੀ। ਪੁਲਿਸ ਨੇ ਨਹੀਂ ਕੁਛ ਕਿਹਾ ਸਾਨੂੰ, ਅਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ। ਕੋਈ ਬਾਅਦ 'ਚ ਪੁੱਛ ਕੇ? ਨਾ, ਕੋਈ ਪੁੱਛ ਗਿੱਛ ਨਹੀਂ। ਕੀ ਮੰਗ ਕਰਦੇ ਜੀ? ਮੰਗ ਅਸੀਂ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ, ਵੀ ਘਰ ਨੂੰ ਆ ਜੇ, ਅਤੇ ਸਭ ਕੁਛ ਵਿੱਚ ਹੀ ਆ ਜਾਂਦਾ, ਵੀ ਹੋਰ ਅਸੀਂ ਤਾਂ ਕੋ ਨਾ ਕਿਸੇ ਨੂੰ ਫੜਾ ਸਕਦੇ ਹਾਂ ਨਾ ਫੜ ਸਕਦੇ ਹਾਂ, ਅਤੇ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕਿਸੇ ਨਾਲ ਵੈਰ ਵਿਰੋਧ ਹੋਵੇ, ਅਤੇ ਆਪਾਂ ਸਾਡਾ ਪੁੱਤ ਹੀ ਘਰ ਨੂੰ ਆ ਜੇ, ਇੰਨੀ ਬੜੀ ਫਤਿਹ ਹੈ। ਨਹੀਂ ਨਹੀਂ, ਸ਼ੱਕ ਕਿਸੇ 'ਤੇ ਨਹੀਂ, ਸਾਡਾ ਕਿਸੇ ਨਾਲ ਲੜਾਈ ਝਗੜਾ ਸਾਰੀ ਉਮਰ 'ਚ ਹੀ ਨਹੀਂ ਹੋਇਆ, ਵੀ ਅਸੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਅਸੀਂ ਦੇ, ਅਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਕਿਸੇ ਨਾਲ ਗਿਆ ਵੀ ਆ ਮੁੰਡੇ ਮੰਡੇ ਨਾਲ ਵੀ, ਅਤੇ ਉਹ ਘਰ ਨੂੰ ਆ ਜੇ, ਇੰਨੀ ਬੜਾ ਸ਼ੁਕਰਿਆ। ਮੈਂ ਤਾਂ ਦੁਕਾਨ 'ਤੇ ਕੰਮ ਕਰਦਾ ਕਾਰਾਂ ਦਾ, ਅਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ, ਅਤੇ ਇੱਥੇ ਉਦੋਂ ਇੱਥੇ ਸੀ ਅਤੇ ਕੋਟੀ ਪਾ ਕੇ ਚੱਲ ਗਏ ਆ, ਕੋਟੀ ਪਾ ਕੇ ਚੱਲ ਗਏ, ਬਾਅਦ 'ਚੋਂ ਮੈਂ ਰੋਟੀ ਖਾ ਕੇ ਚੱਲ ਗਿਆ, ਬਾਅਦ 'ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ, ਉਹ ਕਹਿੰਦੇ ਵੀ ਉਹ ਜਨਮਦਿਨ ਦੀ ਪਾਰਟੀ 'ਤੇ ਗਿਆ ਆ, ਅਤੇ ਬਸ ਉਸ ਦਿਨ ਤੋਂ ਅਸੀਂ
ਵੀ ਇਹ ਕਹਿੰਦੇ ਵੀ ਆਜੂਗਾ ਕੁਛ ਨਹੀਂ ਹੁੰਦਾ, ਬਾਅਦ 'ਚ ਨਾ ਕਿਸੇ ਨੂੰ ਕੁਛ ਦੱਸ ਕੇ ਗਿਆ, ਅਸੀਂ ਬੜਾ ਲੱਭਿਆ ਉਹਨੂੰ, ਬੜੀ ਦੂਰ ਤੱਕ ਫਿਰ ਕੇ ਆਏ ਅਸੀਂ, ਤਰਨ ਤਾਰਨ ਤੱਕ ਹੋ ਆਏ ਅਸੀਂ ਗੁਰਦੁਆਰਿਆਂ ਸਾਰੇ ਕਿਤੇ ਵੇਖ ਆਏ, ਪਰ ਨਹੀਂ ਨਾ ਕੋਈ ਅਤਾ ਪਤਾ, ਫੋਨ ਨੰਬਰ ਵੀ ਬੰਦ ਆਉਣ ਡਿਆ ਤਾ, ਬਸ ਮੇਰੇ ਨਾਲ ਇਹੋ ਗੱਲ ਹੋਈ, ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਕੋਈ ਸ਼ੱਕ ਹੈਗਾ ਕਿਸੇ 'ਤੇ? ਨਹੀਂ ਸ਼ੱਕ ਨਹੀਂ ਕਿਸੇ 'ਤੇ ਹੈਗਾ, ਕਿਉਂਕਿ ਨਾ ਤਾਂ ਸਾਡਾ ਕਿਸੇ ਨੇ ਬਹਿ ਰਿਹਾ, ਅਸੀਂ ਕੰਮ ਕਾਰ ਵਾਲੇ ਬੰਦੇ ਹਾਂ, ਵੀ ਮੈਂ ਸਾਰੀ ਦਿਹਾੜੀ ਦੁਕਾਨ 'ਤੇ ਰਹਿੰਦਾ, ਅਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਡੈਡੀ ਨਾਲ। ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿਸੇ ਨਾਲ ਪ੍ਰੇਮ ਸੰਬੰਧ ਹੋਣ ਉਹਦੇ? ਨਹੀਂ। ਕਿਸੇ ਨਾਲ, ਲੜਕੀ ਨਾਲ ਜਾਂ ਕਿਸੇ ਨਾਲ? ਕੋਈ ਨਹੀਂ। ਕੰਪਲੇਂਟ ਕੀਤੀ ਹੈ? ਕੰਪਲੇਂਟ ਕੀਤੀ ਆ, ਅਤੇ ਬਾਕੀ ਉਹ ਕੋ ਤਾਂ ਪਤਾ ਹੀ ਨਹੀਂ ਚੱਲਿਆ ਰਹੀ ਹੁਣ। ਕੀ ਕਹਿੰਦੀ ਪੁਲਿਸ? ਪੁਲਿਸ ਨੂੰ ਮਿਲੇ? ਨਹੀਂ, ਉਹਨਾਂ ਦੱਸਿਆ ਨਹੀਂ ਕੱਖ ਵੀ ਨਹੀਂ ਕਿਹਾ। ਹਾਂਜੀ, ਕੀ ਮੰਗ ਕਰਦੇ ਜੀ? ਮੰਗ ਇਹੋ ਹੀ ਆ ਵੀ, ਮੰਗ ਇਹ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ, ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ, ਮੈਂ ਵੀ ਹੁਣ ਕੰਮ ਕਾਰ ਵਾਲਾ ਬੰਦਾ, ਇਹ ਵੀ ਕੰਮ ਕਾਰ ਵਾਲੇ ਬੰਦੇ ਦੁਖੀ ਹੈ ਸਾਰੇ।